और कुरान पाक दी बरकत दे जरिए नाल इन्हां नूं मालिक ने जिहड़ा नवाजा है। इह सारे तुसां जाणदे ने जिंदगी हो गई मिलाद सुंदे वधे ने, कदे कह मिलाद ते वड्डी जिहां तस्वीरां मैं तां नहीं वेखां खिदाई। हर बंदे नूं इक छोटे बच्चे तों लै के ज़ईफुल उमर सफेद रीछ तक हर बंदे नूं तस्वीर दित्ती गई है। इह तोहफा दित्ता गया तुहानूं जो भाई तुसां पढ़सो ओहदा अजर मिलदा रहसी। मालिक तुहाडे मरहूमैन दी बख्शिश मगफिरत फरमावे। जनाबे हाफिज हाजी आशिक हुसैन साहब ने एक बड़ी एक हसीन इहतमाम दे नाल नाल इक जिहड़ा हकीकी इहतमाम कीता है ना, ओह बड़ा ही हसीन इहतमाम है। और इह सआदत कदे कदे किसे किसे बंदे दी जिंदगी च ओहदे हिस्से च आंदी है, जिहड़ी सआदत हिस्से च आई है। मैं गुजारिश करदा हां सहकारी साहब नूं इत्थे लै के आसां नाल दे बरखुरदार नूं वी। जनाबे कारी मुहम्मद अज़हर साहब जिन्हां ने बड़ी मेहनत कोशिश और काविश दे नाल पाक रसूल दी नाज़िल होण वाली लरैब ते बैत किताब दे नाल इन्हां ने पुत्तर नूं हिफ्ज़ दी सआदत दे नाल नवाजा है। ओह हथ पकड़ के लिया रहे तुसां इस्तकबाल कर सुना रहे तकबीर नारे रिसालत नारे रिसालत नारे हैदरी। आप जनाबे कारी आशिक हुसैन साहब इन्हां नूं अपनी हलाल दी मेहनत दे विचों इक उम्र दा टिकट इन्हां नूं मदीना शरीफ दा मुसाफिर बना रहे पुत्त नूं हिफ्ज़ करावण दे ਹੁਣ ਤੁਸੀਂ ਸੁਭਾਨ ਅੱਲਾ ਨਹੀਂ ਆਖਿਆ। ਇਹ ਬਹੁਤ ਬੜੀ ਖੁਸ਼ਕਿਸਮਤੀ ਤੇ ਖੁਸ਼ਬਖਤੀ ਹੈ। ਕਾਰੀ ਸਾਹਿਬ ਤੁਹਾਨੂੰ ਮੁਬਾਰਕ ਹੋਵੇ। ਲਜਪਾਲਾ ਨੇ ਕੁਰਾਨ ਪਾਕ ਦੀ ਤਿਲਾਵਤ ਵੀ ਤੁਹਾਡੀ ਕਬੂਲ ਕੀਤੀ ਹੈ ਤੇ ਲਜਪਾਲਾ ਨੇ ਤੁਹਾਨੂੰ ਆਪਦੀ ਬਾਰਗਾਹ ਦਾ ਮਹਿਮਾਨ ਵੀ ਬਣਾਇਆ ਹੈ। ਤੁਹਾਡੀ ਖੁਸ਼ਕਿਸਮਤੀ ਆਪ ਦੇ ਬਰਖੁਰਦਾਰ ਕਿਦੇ ਉਹਨਾਂ ਨੂੰ ਵੀ ਲੈ ਆਉਣਾ ਇੱਥੇ ਨਾਲ ਉਹਨਾਂ ਨੂੰ ਵੀ ਹਾਰ ਪਵਾਓ। ਮਾਸ਼ਾਅੱਲਾ ਤਸ਼ਰੀਫ ਹਸੀਬ ਇਹਨਾਂ ਦੀ ਜਨਾਬ ਹਾਫਿਜ਼ ਮੁਹੰਮਦ ਹਸੀਬ ਆਸ਼ਿਕ ਸਾਹਿਬ ਇਹਨਾਂ ਨੇ ਇਹਨੂੰ ਵੀ ਹਾਰ ਪਵਾਓ ਯਾਰ ਇਹਨਾਂ ਨੂੰ ਹਾਰ ਪਵਾਓ ਇੱਥੇ ਨਾਲ ਉਸਤਾਦ ਦੇ ਨਾਲ ਖੜੇ ਹੋਣਾ ਇੱਥੇ ਤੁਸੀਂ ਇਹ ਜ਼ਿਆਰਤ ਕਰੋ ਭਾਈ ਹਾਫਿਜ਼ ਸਾਹਿਬ ਨੇ ਕੁਰਾਨ ਸੋਹਣਾ ਹਿਫਜ਼ ਕੀਤਾ ਹੈ। ਅੱਲਾਹ ਪਾਕ ਇਹਨਾਂ ਨੂੰ ਜ਼ਿੰਦਗੀ ਚ ਦਰਾਂ ਦੀ ਖੁਸ਼ੀਆਂ ਤਾ ਫਰਮਾਵੇ, ਮਾਲਕ ਜ਼ਿੰਦਗੀ ਭਰ ਬਰਕਤਾਂ ਤਾ ਫਰਮਾਵੇ। ਕੁਰਾਨ ਪਾਕ ਦੀ ਬਰਕਤ ਦਾ ਸਦਕਾ ਮਾਲਕ ਪਾਕ ਤਾ ਦੇ ਇਹਨਾਂ ਨੂੰ ਜ਼ਿੰਦਗੀ ਕੁਰਾਨ ਦੀ ਮੁਹੱਬਤ ਚ ਇਹਨਾਂ ਦੀ ਜ਼ਿੰਦਗੀ ਬਸਰ ਹੋਵੇ। ਮਾਲਕ ਸਾਲ ਸਾਰ ਨੂੰ ਕੁਰਾਨ ਪਾਕ ਨਾਲ ਮੁਹੱਬਤ ਦੀ ਤੌਫੀਕ ਤਾ ਫਰਮਾਵੇ। ਕਰ ਸਕ ਤੁਸੀਂ ਮਦੀਨੇ ਜਾਵਣਾ ਨਾ ਤੇ ਮੈਨੂੰ ਦੁਆ ਮੇਰੇ ਹੱਕ ਜ਼ਰੂਰ। ਮੇਰੇ ਵਾਲੇ ਸਾਹਿਬ ਦਾ ਚਾਰ ਸ਼ਾਬਾਨ ਨੂੰ ਵਿਸਾਲ ਹੋਇਆ, ਉਹਨਾਂ ਦੇ ਹੱਕ ਇਹਨਾਂ ਤੁਸੀਂ ਦੁਆ ਜ਼ਰੂਰ ਕਰੋ। ਮੈਂ ਸ਼ੇਰ ਪੜਨਾ ਚਾਹਨਾ ਸੀ ਹਾਜੀ ਮਦੀਨੇ ਦੇ ਵਿੱਚ ਰਹਿੰਦਾ ਕਹਿੰਦਾ ਸ਼ੌਕ ਬੜਾ ਮੈਨੂੰ ਸੈਰ ਦਾ ਹੀ ਐ ਮਦੀਨੇ ਜਾ ਬਿਆਨ ਨਾ ਬਿਆਨ ਨਾ ਤੇ ਮਦੀਨਾ ਸ਼ਰੀਫ ਦੀ ਗਲੀਆਂ ਦੀ ਸੈਰ ਕਰਿਆ ਨਾ ਉਹਨਾਂ ਸੈਰ ਕਰਦੀ ਗਲੀਆਂ ਦੇ ਵਿੱਚ ਨਾ ਪਾਕ ਰਸੂਲ ਖਰਾਮਾ ਖਰਾਮਾ ਟੁਰਦੇ ਹਨ ਨਾ ਤੇ ਉਹਨਾਂ ਟੁਰਾਂ ਦੀ ਅੱਲਾ ਕੁਰਾਨ ਇੱਕ ਕਸਮਾ ਚਾਹੁੰਦਾ ਨਾ ਉਹਨਾਂ ਕਸਮਾ ਦੇ ਸਦਕੇ ਮੇਰੇ ਬਾਬੇ ਦੀ ਮਗਫਰਤ ਦਾ ਦੁਆ ਜ਼ਰੂਰ ਕਰ ਸਦੂਸਾ ਇੱਕ ਸੀ ਹਾਜੀ ਮਦੀਨੇ ਦੇ ਵਿੱਚ ਰਹਿੰਦਾ। ਹੁਣ ਮੈਂ ਮਦੀਨੇ ਵਾਲੇ ਦਾ ਸ਼ੇਰ ਪਿਆ ਪੜਨਾ ਜਿਹਦੇ ਬੰਦੇ ਦੇ ਦਿਲ 'ਚ ਮਦੀਨੇ ਦੀ ਤੜਪ ਹੈ ਨਾ ਉਹ ਦਿਲ ਤੇ ਹੱਥ ਰੱਖੇ ਹਜ਼ਰਤ ਦਿਲ ਬੋਲਸੀ ਸੁਭਾਨ ਅੱਲਾ ਇੱਕ ਸੀ ਹਾਜੀ ਮਦੀਨੇ ਦੇ ਵਿੱਚ ਰਹਿੰਦਾ ਕਹਿੰਦਾ ਸ਼ੌਕ ਬੜਾ ਮੈਨੂੰ ਸੈਰ ਦਾ ਹੈ ਸੈਰ ਕਰਦ ਲੂ ਕੰਡਾ ਚੁੱਭ ਗਿਆ ਦਰਦ ਉੱਠਿਆ ਇਸ਼ਕ ਦੀ ਲਹਿਰ ਦਾ ਹੈ ਹਾਜੀ ਆਖੇ ਮੈਨੂੰ ਪਰਵਾਹ ਕੋਈ ਨਹੀਂ ਜ਼ਖਮ ਵੱਧ ਜਾਵੇ ਭਾਵੇਂ ਫੈਲ ਜਾਏ ਪਰ ਕੰਡੇ ਨੂੰ ਮੈਂ ਨਹੀਂ ਕੱਢ ਸਕਦਾ ਹੈ ਤੇ ਕੰਡੇ ਮਦੀਨੇ ਦੇ ਸ਼ਹਿਰ ਦਾ ਹੈ ਕੰਡੇ ਨੂੰ ਮੈਂ ਨਹੀਂ ਕੱਢ ਸਕਦਾ ਇੱਥੇ ਕੰਡੇ ਮਦੀਨੇ ਦੇ ਸ਼ਹਿਰ ਦਾ ਹੈ ਪਾਕ ਰਸੂਲ ਜ਼ਮੀਨ ਤੇ ਆਏ ਕਰਸਮ ਹੁਣ ਤੁਸੀਂ ਬਹਿ ਰਹੋ ਹੁਣ ਤੁਸੀਂ ਬਹਿ ਰਹੋ ਇਹ ਜ਼ਿਆਰਤ ਕਰ ਲਈਏ ਹੁਣ ਤੁਸੀਂ ਸਾਰੇ ਮਿਲ ਕੇ ਆਖੋ ਸੁਭਾਨ ਅੱਲਾ ਅੱਛਾ ਅੱਛਾ ਪਾਕ ਰਸੂਲ 1400 ਸਾਲ ਪਹਿਲੇ ਆਏ ਅੱਜ ਜ਼ਿਕਰ ਹੋਵੇ 12 ਰਬੀ ਰਬੋ ਦਾ ਦਿਹਾੜਾ ਆਵੇ ਜਸ਼ਨ ਦਾ ਮਾਹੌਲ ਵੇਖੇ ਜਸ਼ਨ ਦਾ ਇਤਮਾਮ ਵੇਖੇ ਸਾਡਾ ਦਿਲ ਤੇ ਆਖਦਾ ਹੈ ਇੰਜ ਲੱਗਦਾ ਹੈ ਪਾਕ ਰਸੂਲ ਹੁਣੇ ਆਏ ਇੰਜ ਲੱਗਦਾ ਹੈ ਪਾਕ ਰਸੂਲ ਹੁਣੇ ਆਏ ਲਓ ਅੱਲਾ ਪਾਕ ਦੇ ਗੁਲਸ਼ਨ ਦੇ ਵਿੱਚੋਂ ਸੋਹਣਾ ਫੁੱਲ ਰਹਿਮਤਾਂ ਦੇ ਚੁਣੇ ਆਇਆ ਜਦੋਂ ਕੁਨ ਖੁਦਾ ਨੇ ਆਖਿਆ ਸੀ ਸੋਹਣਾ ਕੰਨੇ ਪ੍ਰਾਨ ਨਾਲ ਸੋਹਣੇ ਆਇਆ ਬਣ ਕੇ ਰਹਿਮਤ ਦੋਵਾਂ ਜਹਾਨਾਂ ਲਈ ਖਤਮ ਕਰਨ ਜਹਾਲਤ ਦੇ ਗੁਣੇ ਆਇਆ ਔਰ ਸਦੀਆਂ ਬਾਅਦ ਜ਼ਮਾਨੇ ਤੇ ਇੰਜ ਲੱਗਦਾ ਕਮਲੀ ਵਾਲਾ ਜ਼ਮਾਨੇ ਤੇ ਹੁਣੇ ਆਇਆ ਸਦੀਆਂ ਬਾਅਦ ਜ਼ਮਾਨੇ ਤੇ ਇੰਜ ਲੱਗਦਾ ਕਮਲੀ ਵਾਲਾ ਜ਼ਮਾਨੇ ਤੇ ਹੁਣੇ ਆਇਆ ਢੇਰ ਸਾਰੀ ਮੁਬਾਰਕ ਬਾਤ ਵਾਜਿਬੁਲ ਕਦਰ ਇੱਜ਼ਤ ਮਾ ਜਨਾਬ ਹਾਫਿਜ਼ ਕਾਰੀ ਮੁਹਰਿਮ ਕਿ ਆਪਨੇ ਬੜਾ ਸੋਹਣਾ
قرآن پڑھایا تے مال کا قبول کیتا ہے مدینہ شریف دی بعد اب حاضری تانوں نصیب ہوندی پئی ہے مبارک باد پیش کرنا جناب نافذ قاری عاشق حسین صاحب مالک آپ کو دارین دی خوشیاں عطا فرماوے اے قرآن دا صدقہ قرآن مجید دا صدقہ پاک رسول تے نازل ہون والی سونی لارائب تے بیعت کتاب دا صدقہ اس وستی دے کروڑا رحمتاں دا نزول ہوے مالک پاک تہاڈی سارے دی ساڈی حاضری قبول فرماوے ہن تہاڈے سامنے انتہائی معتبر حوالہ اہل سنت دا فخر نازش اہل سنت فخر اہل سنت واجب القدر عزت ماب حضرت علامہ مولانا قاری محمد زکاء اللہ رضوی صاحب آپ دے مائک حوالے کرنے کریم آخری بارگاہ ایمان افروز باطل سوز خطاب دے نال ساڈے کولوں جہانوں منور کر سن آپا ہے کہ نعرہ لاونا ہے نعرہ پاک رسول دا او دے چاسی تریری لب ہے ہکری اسی لب ہے دویری اسی لب ہے تریری اسی لب ہے کہ بندے بابے خادم رضوی تو پوچھ لیا او بابا جی اے دا مطلب کی ہے ایک دفعہ بھی تو ہو سکدا ہے اللہ آپ دے آپ دے آپ دے کریندا ہے نا کہ اللہ کیا کہتا ہے لبیک لبیک اللہم لبیک او ہکری اکھیندا ہے اللہ تسا تریری اکھیندے کھلیندے تے بابا جی نے فرمایا عالم انترائے ایک عالم ارواح ایک عالم دنیا ایک عالم برزخ اسا پاک رسول دی بارگاہ جاون نا کا ہن عالم ارواح چھسے اوتھے بھی اسا کہ لبیک یا رسول اللہ اس جہان وچ آ گئے ہیں اسا کہ لبیک یا رسول اللہ